ਇਹ ਸਾਡੇ ਲਈ ਬੜੀ ਫਖਰ ਦੀ ਗੱਲ ਹੈਗੀ ਹੈ ਕਿ ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਉਹ ਬੜੇ ਦੇਰਾਂ ਤੋਂ ਬਾਅਦ 550ਵੀਂ ਬਾਬਾ ਗੁਰੂ ਨਾਨਕ ਜੀ ਦੀ ਸਾਲਗਿਰਾ ਤੇ ਉਹ ਅਸੀਂ ਮੈਨੇਜ ਕਰ ਲਿਆ ਤੇ ਉਹ ਓਪਨ ਹੋ ਗਿਆ। ਉਹਦੇ ਵਾਸਤੇ ਸਾਡੀ ਹਕੂਮਤ ਦਾ ਵੀ ਸਾਡੇ ਸਾਰੇ ਲੋਕਾਂ ਦਾ ਬੜਾ ਅਮਲ ਦਖਲ ਹੈ। ਮੈਂ ਤਾਂ ਪਿਛਲੇ 40 ਸਾਲ ਤੋਂ ਇਹ ਕੰਪੇਨ ਕਰ ਰਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਸਾਡੇ ਸਿੱਖ ਭਰਾਵਾਂ ਲਈ ਤੇ ਭੈਣਾਂ ਲਈ ਓਪਨ ਹੋਣਾ ਚਾਹੀਦਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਹੁਣ ਸਾਡੇ ਭਰਾ ਇੰਡੀਆ ਤੋਂ ਵੀ ਉਧਰ ਆ ਸਕਦੇ ਨੇ, ਵਾਹਗਾ ਬਾਰਡਰ ਤੋਂ ਵੀ ਆ ਸਕਦੇ ਨੇ। ਔਰ ਮੇਰੇ ਜ਼ਿੰਮੇ ਮੈਂ ਜਿਹੜਾ ਬਾਬਾ ਗੁਰੂ ਨਾਨਕ ਜੀ ਦੀ 550ਵੀਂ ਸਾਲਗਿਰਾ ਸੀ ਤੇ ਮੈਂ ਉਹਨੂੰ ਹੈਡ ਕਰ ਰਿਹਾ ਸੀਗਾ। ਕਮੇਟੀ ਬਣੀ ਸੀ ਔਰ ਉਹਦੇ ਵਿੱਚ ਅਸੀਂ ਜਿੰਨੀ ਵੀ ਫੈਸਿਲਿਟੀ ਜ਼ਿਆਦਾ ਤੋਂ ਜ਼ਿਆਦਾ ਦੇ ਸਕਦੇ ਸੀ ਦਿੱਤੀ ਔਰ ਇਹ ਬੜਾ ਮੈਂ ਸਮਝਦਾ ਅੱਛਾ ਹੋਇਆ। ਔਰ ਇਸ ਤੋਂ ਇਲਾਵਾ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਜ਼ ਏ ਚਾਂਸਲਰ ਗਵਰਨਰ ਜਿਹੜਾ ਹੈਗਾ ਉਹ ਚਾਂਸਲਰ ਵੀ ਹੁੰਦਾ ਹੈ ਯੂਨੀਵਰਸਿਟੀਆਂ ਦਾ ਪੰਜਾਬ 'ਚ, ਤੇ ਮੈਨੂੰ ਇਸ ਗੱਲ ਦਾ ਵੀ ਬੜਾ ਫਖਰ ਹੈ ਕਿ ਅਸੀਂ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਹੈਗੀ ਆ ਉਹ ਨਨਕਾਣੇ ਦੇ ਵਿੱਚ ਬਣਾਉਣ ਦੀ ਇਬਤਦਾ ਕਰਦੀ ਹੈ ਔਰ ਉਹਦਾ ਜਿਹੜਾ ਪਹਿਲਾ ਵਾਈਸ ਚਾਂਸਲਰ ਹੈਗਾ ਉਹ ਵੀ ਮੈਂ ਅਪੁਆਇੰਟ ਕੀਤਾ ਸੀ ਔਰ ਉਹਦੇ ਵਿੱਚ ਸਾਡੀ ਕੋਸ਼ਿਸ਼ ਹੀ ਹੋਏਗੀ ਕਿ ਉਹਦੇ ਵਿੱਚ ਸਾਰੇ ਮਜ਼ਹਬਾਂ ਦਾ ਲਿਟਰੇਚਰ, ਕ੍ਰਿਸਚੀਅਨਿਟੀ, ਹਿੰਦੂਇਜ਼ਮ, ਸਿੱਖਇਜ਼ਮ, ਮੁਸਲਿਮ ਸਾਰੀਆਂ ਚੀਜ਼ਾਂ ਨੂੰ ਪੜ੍ਹਾਇਆ ਜਾਵੇ ਔਰ ਉਹਨੂੰ ਅਸੀਂ ਚਾਹੁੰਦੇ ਹਾਂ ਕਿ ਇੱਕ ਸਿੰਬਲ ਆਫ ਯੂਨਿਟੀ ਬਣ ਜਾਏ ਦੁਨੀਆਂ ਦੇ ਵਿੱਚ ਕਿ ਜੋ ਸਾਰੇ ਮਜ਼ਹਬਾਂ ਨੂੰ ਔਰ ਸਾਰੇ ਲੋਕਾਂ ਨੂੰ ਅਸੀਂ ਇਕੱਠੇ ਜਿਹੜੇ ਹੈਗੇ ਆ ਕਰ ਸਕਦੇ ਹਾਂ।